ਘਰੇਲੂ ਜਾਇਦਾਦ ਨੂੰ ਲੈ ਕੇ ਖੂਨ ਦੇ ਰਿਸ਼ਤੇ ਇਸ ਕਦਰ ਫਿੱਕੇ ਪੈਂਦੇ ਜਾ ਰਹੇ ਨੇ ਕਿ ਹੁਣ ਭਰਾ ਹੀ ਭਰਾ ਦੇ ਦੁਸ਼ਮਣ ਬਣ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਢੋਲੇਵਾਲ ਤੋਂ ਸਾਹਮਣੇ ਆਇਆ, ਜਿੱਥੇ ਇੱਕ ਕਮਰੇ ਨੂੰ ਲੈ ਕੇ ਦੋ ਭਰਾ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋ ਗਏ ਹਨ। ਜ਼ਖਮੀ ਨੂੰ ਇਲਾਜ ਦੇ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਵਿੱਚ ਦਾਖਲ ਜ਼ਖਮੀ ਪੀਪਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਾਂਝੇ ਤਿੰਨ ਕਮਰੇ ਸਨ, ਜਿਨ੍ਹਾਂ ਨੂੰ ਦਿਹਾੜ ਕੇ ਉਸਦਾ ਛੋਟਾ ਭਰਾ ਲੈ ਜਾ ਰਿਹਾ ਸੀ ਅਤੇ ਜਦ ਉਹਨਾਂ ਹਿੱਸੇ ਦੇ ਤੌਰ 'ਤੇ ਕਿਹਾ ਕਿ ਇੱਕ ਕਮਰਾ ਉਹਨਾਂ ਲਈ ਛੱਡ ਦੇਵੇ ਤਾਂ ਉਸਨੇ ਨਹੀਂ ਛੱਡਿਆ, ਜਿਸ ਨੂੰ ਲੈ ਕੇ ਉਹਨਾਂ ਵਿਚਕਾਰ ਝਗੜਾ ਹੋ ਗਿਆ ਅਤੇ ਉਸਦੇ ਭਰਾ ਦੇ ਲੜਕਿਆਂ ਨੇ ਉਸ ਉੱਪਰ ਤੀਰਧਾਰੀ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਜ਼ਖਮੀ ਹੋ ਜਾਂਦਾ ਹੈ ਅਤੇ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸਨੇ ਮੰਗ ਕੀਤੀ ਹੈ ਕਿ ਉਸਨੂੰ ਇਨਸਾਫ ਦਿੱਤਾ ਜਾਵੇ ਅਤੇ ਉਸਦਾ ਬਣਦਾ ਹੱਕ ਉਸਨੂੰ ਦੇ ਦਿੱਤਾ ਜਾਵੇ। ਕੀ ਨਾਮ ਤੁਹਾਡਾ? ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਸਿੰਘ, ਕਿਹਦੇ ਨਾਲ ਜਿਹੜੀ ਇਹ ਲੜਾਈ, ਕੀ ਮਸਲਾ ਸੀ? ਪਹਿਲਾ ਮਸਲਾ ਕੀ ਮਸਲਾ? ਮਸਲਾ ਸੀ ਕੋਠੇ ਇੱਕ ਦਾ, ਦਾਦੀ ਦੇ ਕੋਠੇ ਤਿੰਨ ਸੀ, ਠੀਕ ਆ ਜੀ, ਅਤੇ ਤਿੰਨਾਂ ਕੋਠਿਆਂ ਦਾ ਤਿੰਨੇ ਲੈ ਚੱਲਿਆ ਸੀ, ਇੱਕ ਕੋਠਾ ਦਿੱਤੇ ਸਾਨੂੰ ਦੋ ਭਰਾਵਾਂ ਨੂੰ, ਤਾਏ ਨੂੰ ਅਤੇ ਚਾਚੇ ਡੈਡੀ ਨੂੰ, ਅਤੇ ਇਹਨਾਂ ਨੇ ਮੰਨਿਆ ਨਹੀਂ। ਫਿਰ ਵੀ ਦਰਖਾਸਤ ਦਿੱਤੀ, ਦਰਖਾਸਤ ਦੇ ਬਾਵਜੂਦ ਵੀ ਨਹੀਂ ਮੰਨਿਆ, ਕਹਿੰਦਾ ਜੋ ਕਰਨਾ ਕਰ ਲਓ। ਅਤੇ ਪੰਚਾਇਤ ਆਈ, ਪੰਚਾਇਤ ਨੇ ਗਾਰਡਰਾਂ ਦਾ ਕਿਹਾ ਅਤੇ ਗਾਰਡਰ ਵੀ ਲੈ ਚੱਲਿਆ ਸੀ, ਅਸੀਂ ਆਖਿਆ ਗਾਰਡਰ ਲਾ ਦੇ ਅਤੇ ਪੰਚਾਇਤ ਦੇ ਤੌਰ 'ਤੇ ਨਿਬੜ ਲਵਾਂਗੇ। ਫਿਰ ਆਣ ਕੇ ਗੱਲ ਪੈ ਗਏ, ਕਾਪੇ ਮਾਰੇ ਸਾਨੂੰ, ਮੇਰਾ ਗੁੱਟ ਤੋੜਤਾ ਅਤੇ ਮੇਰੇ ਭਰਾ ਦੇ ਕਾਪਾ ਮਾਰਿਆ, ਅਤੇ ਅੱਜ ਡੈਡੀ 'ਤੇ ਹਮਲਾ ਕਰਤਾ। ਕਾਪੇ ਨਾਲ, ਦੋ ਨਾਮ ਕਿਹਨੇ? ਚਾਚੇ ਦੇ ਮੁੰਡਿਆਂ ਨੇ, ਅਰਸ਼ਦੀਪ ਸਿੰਘ, ਕਾਜਦੀਪ ਸਿੰਘ। ਸਿਰਫ ਇੱਕ ਕਮਰੇ ਦਾ ਰੋਲਾ ਜੀ? ਹਾਂਜੀ, ਕਮਰੇ ਦਾ ਰੋਲਾ। ਵੀ ਉਹਦੇ 'ਤੇ ਕੀ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦਾ? ਕੀ ਉਹਨਾਂ ਦੇ ਤਿੰਨ ਕਮਰੇ ਸੀ, ਅਸੀਂ ਕਿਹਾ ਦੋ ਲੈ ਜਾ, ਇੱਕ ਸਾਨੂੰ ਦੇ ਦੇ, ਦੋ ਭਰਾਵਾਂ ਨੂੰ। ਉਹਨਾਂ ਦੀ ਡੈਥ ਹੋ ਚੁੱਕੀ? ਦਾਦੀ ਦੀ ਡੈਥ ਹੋ ਚੁੱਕੀ। ਅੱਛਾ, ਹੋਰ ਕੋਈ ਨਹੀਂ ਗਾ ਪਿੱਛੇ? ਅੱਗੇ ਹੋ, ਅੱਗੇ ਪਿੱਛੇ ਕੋਈ ਨਹੀਂ। ਕਿੰਨੇ ਭਰਾ ਹੈ? ਡੈਡੀ ਹੋਰੀ ਤਿੰਨ ਭਰਾ ਹੈ। ਤਿੰਨ ਭਰਾ? ਹਾਂਜੀ। ਤੀਜਾ ਵੀ ਮੰਗ ਕਰਦਾ ਕਿ ਇਕੱਲਾ ਹੀ? ਦੋਨਾਂ ਦਾ ਮਸਲਾ ਹੈ, ਦੋਨਾਂ ਦਾ ਮਸਲਾ ਹੈ। ਉੱਧਰ ਜਦੋਂ ਇਸ ਮਾਮਲੇ ਨੂੰ ਲੈ ਕੇ ਸਿਵਲ ਹਸਪਤਾਲ ਦੇ ਡਾਕਟਰ ਸ਼ਿਵਮ ਸਿੰਗਲਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਹਿਣਾ ਹੈ ਕਿ ਪਿੰਡ ਢੋਲੇਵਾਲ ਤੋਂ ਉਹਨਾਂ ਕੋਲ ਇੱਕ ਮਰੀਜ਼ ਆਇਆ ਜਿਸ ਦੇ ਸਿਰ ਵਿੱਚ ਸੱਟ ਲੱਗੀ ਹੋਈ ਸੀ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰ ਸਾਹਿਬ, ਇੱਕ ਢੋਲੇਵਾਲ ਤੋਂ ਜਿਹੜਾ ਪੇਸ਼ ਆਇਆ, ਕੀ ਮਾਮਲਾ, ਕਿਵੇਂ, ਕੀ ਸੱਟ? ਸਾਡੇ ਕੋਲ ਇੱਕ ਪੇਸ਼ੈਂਟ ਆਇਆ, ਪੀਪਲ ਸਿੰਘ ਨਾਂ ਹੈ ਉਹਦਾ, ਲੜਾਈ ਝਗੜੇ ਦਾ ਕੇਸ ਹੈ ਅਤੇ ਉਹਦੇ ਸਿਰ ਦੇ ਸੱਟਾਂ ਲੱਗੀਆਂ ਨੇ, ਅਸੀਂ ਉਹਨੂੰ ਦਾਖਿਲ ਕਰ ਲਿਆ ਅਤੇ ਉਹਦਾ ਪਰਚਾ ਕੱਟ ਰਹੇ ਹਾਂ। ਪਤਾ ਲੱਗਾ ਕਿ ਕਿੰਨੀਆਂ ਦੇ ਸੱਟਾਂ ਹੋਈਆਂ ਅਤੇ ਉਹਦੇ ਸਿਰ 'ਤੇ ਸੱਟ ਲੱਗੀ ਹੈ? ਸਿਰਫ, ਠੀਕ ਹੈ, ਤਾਂ ਇਲਾਜ ਕੀਤਾ ਜਾ ਰਿਹਾ ਉਸਦਾ? ਹਾਂਜੀ ਹਾਂਜੀ। ਤੁਹਾਡਾ ਨਾਮ? ਡਾਕਟਰ ਸ਼ਿਵਮ ਸਿੰਗਲਾ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। 100% ਪੱਕਾ ਸਮਾਧਾਨ ਕਰਵਾਓ ਘਰ ਬੈਠੇ ਫੋਨ ਤੇ। ਬਾਬਾ ਖਾਨ ਜੀ, ਹਰ ਇਲਮ ਦੇ ਮਾਹਿਰ, ਸਮੱਸਿਆ ਚਾਹੇ ਕੋਈ ਵੀ ਹੋਵੇ, ਜਿਵੇਂ ਗ੍ਰਹਿ ਕਲੇਸ਼, ਨੌਕਰੀ ਕਾਰੋਬਾਰ, ਲਵ ਮੈਰਿਜ ਪ੍ਰੋਬਲਮ, ਸੌਂਕਣ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਕੋਰਟ ਕੇਸ, ਪਤੀ ਪਤਨੀ ਚ ਕਲੇਸ਼, ਜਾਦੂ ਟੋਣਾ, ਕੀਤਾ ਕਰਾਇਆ, ਗੁੱਸੇ ਨੂੰ ਮਨਾਉਣਾ, ਪ੍ਰੇਮੀ ਪ੍ਰੇਮਿਕਾ ਪਤੀ ਪਤਨੀ ਨੂੰ ਵਸ਼ ਕਰਵਾਓ, ਤੁਹਾਡੀ ਹਰ ਸਮੱਸਿਆ ਦਾ ਪੱਕਾ ਹੱਲ ਘਰ ਬੈਠੇ। ਵਸ਼ੀਕਰਨ ਤੇ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ, ਹਰ ਜਗ੍ਹਾ ਤੋਂ ਨਿਰਾਸ਼ ਮੇਰੇ ਭੈਣ ਭਰਾ ਬਾਬਾ ਖਾਨ ਜੀ ਨੂੰ ਹੁਣੇ ਫੋਨ ਕਰੋ। ਮੋਬਾਈਲ ਨੰਬਰ 9815156151।